ਭੈਣ ਅਫਸਾਨਾ ਖਾਨ ਦੇ ਗੁੱਸੇ ਤੋਂ ਡਰਦਾ ਸੀ ਸਿੱਧੂ ਮੂਸੇਵਾਲਾ। ਅਫਸਾਨਾ ਖਾਨ ਨੇ ਫਿਰ ਤੋਂ ਚੇਤੇ ਕੀਤਾ ਆਪਣੇ ਵੀਰ ਸਿੱਧੂ ਨੂੰ। ਵਿਛੜੇ ਭਰਾ ਨੂੰ ਯਾਦ ਕਰਦੇ ਇੱਕ ਵਾਰੀ ਫਿਰ ਤੋਂ ਭਾਵੁਕ ਹੋ ਗਈ ਅਫਸਾਨਾ ਖਾਨ। ਸਿੱਧੂ ਮੂਸੇਵਾਲੇ ਨੂੰ ਇਸ ਦੁਨੀਆਂ ਤੋਂ ਗਏ ਚਾਹੇ 5 ਮਹੀਨੇ ਤੋਂ ਵੱਧ ਸਮਾਂ ਹੋ ਚੁੱਕਿਆ ਹੈ, ਲੇਕਿਨ ਉਸਦੇ ਚਾਹਣ ਵਾਲੇ ਉਸਦੇ ਪਰਿਵਾਰ ਵਾਲੇ ਅੱਜ ਵੀ ਸਿੱਧੂ ਨੂੰ ਯਾਦ ਕਰਦੇ ਆ ਤੇ ਲੱਗਦਾ ਉਸਦੀ ਭੈਣ ਅਫਸਾਨਾ ਖਾਨ ਸਿੱਧੂ ਨੂੰ ਹਜੇ ਤੱਕ ਭੁੱਲ ਨਹੀਂ ਪਾ ਰਹੀ, ਉਸਦੇ ਗਮ ਦੇ ਵਿੱਚੋਂ ਹਜੇ ਤੱਕ ਬਾਹਰ ਨਹੀਂ ਆ ਪਾ ਰਹੀ। ਅਫਸਾਨਾ ਖਾਨ ਸਿੱਧੂ ਮੂਸੇਵਾਲੇ ਨੂੰ ਲਗਾਤਾਰ ਯਾਦ ਕਰਕੇ ਉਸਦੇ ਨਾਲ ਆਪਣੀ ਤਸਵੀਰਾਂ ਨੂੰ ਵੀਡੀਓ ਨੂੰ ਸਾਂਝਾ ਕਰਦੀ ਹੈ। ਇੱਕ ਵਾਰੀ ਫਿਰ ਅਫਸਾਨਾ ਖਾਨ ਨੇ ਭਰਾ ਸਿੱਧੂ ਮੂਸੇਵਾਲੇ ਨੂੰ ਯਾਦ ਕੀਤਾ ਤੇ ਉਸਨੂੰ ਯਾਦ ਕਰਦੇ ਹੋਏ ਭਾਵੁਕ ਹੋ ਗਈ। ਅਫਸਾਨਾ ਨੇ ਸਿੱਧੂ ਨੂੰ ਯਾਦ ਕਰਦੇ ਹੋਏ ਉਸਦੀਆਂ ਤੇ ਆਪਣੀਆਂ ਤਸਵੀਰਾਂ ਨੂੰ ਉਸਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਸਾਂਝਾ ਕੀਤਾ ਤੇ ਇਹਨਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਫਸਾਨਾ ਖਾਨ ਨੇ ਭਾਵੁਕ ਕਰ ਦੇਣ ਵਾਲਾ ਕੈਪਸ਼ਨ ਵੀ ਲਿਖਿਆ। ਅਫਸਾਨਾ ਖਾਨ ਨੇ ਲਿਖਿਆ, ਭਰਾ ਦਾ ਬੇਸ਼ਰਤ ਪਿਆਰ ਅਨਮੋਲ ਹੈ, ਤੁਸੀਂ ਸਿਰਫ ਮੇਰੇ ਭਰਾ ਨਹੀਂ ਹੋ ਪਰ ਤੁਸੀਂ ਮੇਰੀ ਆਤਮਾ ਵੀ ਹੋ। ਆਲਵੇਸ ਮੈਂ ਧਮਕੀ ਬਾਈ ਨੂੰ ਦਿੰਦੀ ਸੀ, ਜੇ ਨਾ ਮੇਰੇ ਕਿਸੇ ਵੀ ਫੰਕਸ਼ਨ ਤੇ ਆਇਆ ਮੈਂ ਗੁੱਸਾ ਹੋ ਜਾਣਾ। ਬਾਈ ਆਲਵੇਸ ਪਹੁੰਚਦੇ ਸੀ ਕਿ ਕਮਲੀ ਜਈ ਮੇਰੇ ਨਾਲ ਲੜਾਈ ਕਰੂਗੀ, ਬਾਈ ਅੱਜ ਵੀ ਵਾਪਿਸ ਆ ਜਾ ਪਲੀਜ਼। ਕੋਈ ਖਜ਼ਾਨਾ ਕਿਸੇ ਭਰਾ ਦੇ ਪਿਆਰ ਦੀ ਤੁਲਨਾ ਨਹੀਂ ਕਰ ਸਕਦਾ। ਵੱਡਾ ਬਾਈ ਆਲਵੇਸ ਇਨ ਮਾਈ ਹਾਰਟ, ਸਿੱਧੂ ਮੂਸੇਵਾਲਾ। ਤੁਹਾਡੀ ਇਸ ਅਪਡੇਟ ਤੇ ਕੀ ਰਾਏ ਹੈ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰੋ।